ਬਠਿੰਡਾ ਵਿਖੇ ਹੋਈਆਂ 65ਵੀਆਂ ਪੰਜਾਬ ਰਾਜ ਖੇਡਾਂ ਵਿੱਚ ਹੁਸ਼ਿਆਰਪੁਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ ਬੱਚੀਆਂ ਦੀ ਹਾਕੀ ਟੀਮ ਨੇ ਚੌਥਾ ਸਥਾਨ ਹਾਸਲ ਕਰਕੇ ਹੁਸ਼ਿਆਰਪੁਰ ਦਾ ਨਾਮ ਪੂਰੇ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਟੀਮ ਦੀਆਂ ਬੱਚੀਆਂ ਨੂੰ ਹਾਕੀ ਦੀ ਕੋਈ ਵੀ ਸਰਕਾਰੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਇਹ ਬੱਚੀਆਂ ਆਪਣੇ ਖੇਡ ਬਾਰੇ ਰੁਝਾਨ ਨੂੰ ਲੈ ਕੇ ਆਪਣੇ ਆਪਣੇ ਸਕੂਲਾਂ ਵਿੱਚ ਹੀ ਆਪਣੀ ਖੇਡ ਨੂੰ ਸਵਾਰਨ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਬੱਚੀਆਂ ਦਾ ਇਹ ਜਜ਼ਬਾ ਉਹਨਾਂ ਨੂੰ ਅੱਜ ਸੂਬਾ ਪੱਧਰੀ ਖੇਡਾਂ ਵਿੱਚ ਚੌਥਾ ਸਥਾਨ ਦਿਵਾਉਣ ਵਿੱਚ ਸਹਾਇਕ ਹੋਇਆ ਹੈ। ਇਸ ਉਪਲਬਧੀ ਤੋਂ ਬਾਅਦ ਜਦੋਂ ਇਹ ਬੱਚੀਆਂ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਪਹੁੰਚੀਆਂ ਤਾਂ ਸੀਨੀਅਰ ਖਿਡਾਰੀਆਂ ਅਤੇ ਸਮਰਥਕਾਂ ਵੱਲੋਂ ਇਹਨਾਂ ਬੱਚੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੱਚੀਆਂ ਦੇ ਸਵਾਗਤ ਲਈ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਪਹੁੰਚੇ SDM ਅਮਿਤ ਸਰੀਨ ਨੇ ਅੱਗੇ ਤੋਂ ਇਹਨਾਂ ਬੱਚੀਆਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਮੈਂ ਬਹੁਤ ਹੀ ਵਧਾਈ ਦਿੱਤਾ ਹਾਂ ਬੱਚਿਓ ਕੋ, ਬਹੁਤ ਹੀ ਟੈਲੈਂਟਡ ਬੱਚੇ ਹੈ। ਹੁਸ਼ਿਆਰਪੁਰ ਕਾ ਨਾਮ ਰੋਸ਼ਨ ਕੀਆ ਇਹਨਾਂ ਡਿਸਟ੍ਰਿਕਟ ਲੈਵਲ ਪੇ, ਜੋ ਸਟੇਟ ਲੈਵਲ ਚੈਂਪੀਅਨਸ਼ਿਪ ਹੋ ਰਹੀ ਥੀ ਹਾਕੀ ਕੀ ਬਠਿੰਡਾ ਮੇ, ਵਹਾਂ ਪੇ ਇਹ ਬੱਚੇ ਸਾਰੇ ਗਏ। ਕੋਚ ਸਾਹਿਬ ਕੋ ਵਧਾਈ ਦੇਤਾ ਹੂੰ ਇਸ ਮੌਕੇ ਪੇ ਕਿ ਇਹਨੋਨੇ ਉਨਕੋ ਬਹੁਤ ਅੱਛਾ ਟ੍ਰੇਨ ਕੀਆ, ਇਨਕੇ ਸਾਥ ਬਹੁਤ ਮਿਹਨਤ ਕਰੀ ਔਰ ਬੱਚੇ ਹਮਾਰੇ ਸਫਲ ਹੋ ਕੇ ਆਏ ਹੈ। ਆਜ 4th ਪੋਜੀਸ਼ਨ ਗੇਨ ਕਰੀ ਹੈ, ਲੇਕਿਨ ਜੈਸੇ ਬੱਚੋਂ ਕਾ ਮੁਝੇ ਕਾਨਫੀਡੈਂਸ ਲੱਗ ਰਿਹਾ ਹੈ ਕਿ ਆਗੇ ਮੁਝੇ ਮਾਲੂਮ ਹੈ ਅਗਲੀ ਬਾਰ ਜਬ ਜਾਏਂਗੇ ਫਸਟ ਪੋਜੀਸ਼ਨ ਲੈ ਕੇ ਆਏਂਗੇ ਔਰ ਵੀ ਇਸ ਤਰ੍ਹਾਂ ਕੇ ਮੈਡਲ ਔਰ ਟ੍ਰੋਫੀਜ਼ ਔਰ ਇਕੱਠੀ ਕਰਕੇ ਹੁਸ਼ਿਆਰਪੁਰ ਕਾ ਨਾਮ ਰੋਸ਼ਨ ਕਰਤੇ ਰਹੇਂਗੇ ਔਰ ਆਗੇ ਬੜੇਂਗੇ। ਪ੍ਰਸ਼ਾਸਨ ਕੀ ਤਰਫ ਸੇ ਦੇਖੋ ਮੈਂ ਆ ਗਿਆ ਹੂੰ, ਆਜ ਮੁਝੇ ਇਹ ਸਭ ਪਤਾ ਚਲਾ ਕਿ ਕਹੀਂ ਪੇ ਕੋਈ ਕਮੀਆਂ ਹੈ ਤੋ ਉਸਕੋ ਹਮ ਰਿਜ਼ੋਲਵ ਕਰੇਂਗੇ। ਪ੍ਰਸ਼ਾਸਨ ਸੇ ਪੂਰਾ ਇਨਕੋ ਮਦਦ ਮਿਲੇਗਾ ਔਰ ਅਗਰ ਡਿਸਟ੍ਰਿਕਟ ਟੂਰਨਾਮੈਂਟ ਕਰੇ ਤੋ ਜਲਦੀ ਕਰਵਾਏਂਗੇ ਹਮ, ਠੀਕ ਹੈ, ਹਮ ਇਨਕੇ ਸਾਥ ਹੈ ਕਰੇਂਗੇ, ਜਲਦੀ ਸੇ ਕਰੇਂਗੇ ਕਿ ਹਮਾਰਾ ਹੁਸ਼ਿਆਰਪੁਰ ਕਾ ਨਾਮ ਔਰ ਉੱਚਾ ਹੋ, ਬੱਚੋਂ ਕੋ ਔਰ ਸਫਲਤਾ ਮਿਲੇ ਔਰ ਉੱਚੇ ਹੋਣਗੇ। ਥੈਂਕ ਯੂ ਸੋ ਮਚ। ਇਸ ਮੌਕੇ ਟੀਮ ਦੀ ਕੋਚ ਨੇ ਕਿਹਾ ਕਿ ਬੱਚਿਆਂ ਨੇ ਜੋ ਉਪਲਬਧੀ ਹਾਸਲ ਕੀਤੀ ਹੈ ਉਸ ਉੱਪਰ ਉਹਨਾਂ ਨੂੰ ਮਾਣ ਹੈ। ਅੱਛਾ, ਬੱਚਿਆਂ ਨੇ ਪਰਫਾਰਮ ਕੀਤਾ ਉੱਥੇ, ਸਾਰੇ ਉੱਥੇ ਹੁਸ਼ਿਆਰਪੁਰੀ ਹੋਈ ਪਈ ਸੀਗੀ। ਵਿੰਗ ਦੀਆਂ ਟੀਮਾਂ ਨਾਲ ਲਾਸਟ ਤੱਕ ਪਹੁੰਚੇ, ਇਹ ਸਾਰੀਆਂ ਵਿੰਗ ਦੀਆਂ ਟੀਮਾਂ ਸੀਗੀਆਂ ਔਰ ਸਾਡੀ ਟੀਮ ਸੀਗੀ ਜਿਹੜੀ ਮਤਲਬ ਇੱਦਾਂ ਨੋਰਮਲ ਪ੍ਰੈਕਟਿਸ ਕਰਦੀ ਆ। ਬਹੁਤ ਅੱਛਾ ਪਰਫਾਰਮ ਕੀਤਾ, ਉਹਨਾਂ ਨਾਲ ਵੀ ਇਹਨਾਂ ਨੇ ਹਾਰ ਨਹੀਂ ਮੰਨੀ ਬਿਲਕੁਲ ਵੀ, ਇੰਨਾ ਅੱਛਾ ਖੇਲੇ, ਬਹੁਤ ਜ਼ਿਆਦਾ ਅੱਛਾ ਖੇਲੇ। ਸਰ ਰੇਲਵੇ ਮੰਡੀ ਦੇ ਆ, ਕੁਛ ਬੱਚੇ ਸੀਗੇ ਉੱਧਰ ਤਲਵਾੜੇ ਵਾਲੀ ਸਾਈਡ ਦੇ, ਇੱਧਰ ਭਾਮ ਵਾਲੀ ਸਾਈਡ ਦੇ, ਅਤੇ ਟ੍ਰੇਨਿੰਗ ਇਹਨਾਂ ਦੇ ਆਪਣੇ ਆਪਣੇ ਸਕੂਲ ਹੀ ਕਰਵਾਉਂਦੇ ਆ ਜਿਹੜੇ ਕਰਵਾਉਂਦੇ। ਇਸ ਮੌਕੇ ਸੀਨੀਅਰ ਹਾਕੀ ਖਿਡਾਰੀ ਰਣਜੀਤ ਰਾਣਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਬੱਚਿਆਂ ਦੇ ਸਵਾਗਤ ਲਈ ਸਿੱਖਿਆ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਬਹੁਤ ਹੀ ਜ਼ਿਆਦਾ ਖੁਸ਼ੀ ਦਾ ਦਿਨ ਹੈ ਅੱਜ, ਜਿਹੜੀ ਸਾਡੀ ਮਿਹਨਤ ਕਰਾਈ ਆ ਉਹ ਅੱਜ ਫਲ ਲੈ ਕੇ ਆਈ ਆ। ਪੂਰੇ ਪੰਜਾਬ ਦੇ ਵਿੱਚੋਂ ਹੁਸ਼ਿਆਰਪੁਰ ਦੀ ਟੀਮ ਸਾਡੀ ਦੇਖ ਰੇਖ ਵਿੱਚ ਪਹਿਲੀ ਵਾਰੀ ਚੌਥੇ ਸਥਾਨ 'ਤੇ ਆਈ ਆ, ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ। ਇਹਨਾਂ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਪਰਫੋਰਮੈਂਸ ਦੇ ਕੇ ਸਾਡੇ ਹੁਸ਼ਿਆਰਪੁਰ ਦਾ ਨਾਂ ਉੱਚਾ ਕੀਤਾ ਆ। ਪਰ ਇਹਦੇ ਨਾਲ ਇੱਕ ਦੁੱਖ ਦੀ ਗੱਲ ਇਹ ਆ, ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਆ, ਜਦਕਿ ਸਾਰਿਆਂ ਨੂੰ ਪਤਾ ਸੀ ਅੱਜ ਜਿਹੜੀ ਟੀਮ ਆ ਇੱਥੇ ਪਹੁੰਚ ਰਹੀ ਆ, ਪੂਰੇ ਪੰਜਾਬ ਦੇ ਵਿੱਚੋਂ ਪਹਿਲੀ ਵਾਰੀ ਹੁਸ਼ਿਆਰਪੁਰ ਦੀ ਟੀਮ ਚੌਥੇ ਨੰਬਰ 'ਤੇ ਆਈ ਆ। ਸਿਰਫ ਇੱਕ ਰੇਲਵੇ ਮੰਡੀ ਸਕੂਲ ਜਾਂ ਭਾਮ ਜਾਂ ਬਾੜੀਆਂ, ਤਿੰਨ ਸਕੂਲਾਂ ਦੇ DPPT ਸਿਰਫ ਇੱਥੇ ਪਹੁੰਚੇ ਆ, ਉਹਨਾਂ ਨੂੰ ਪਤਾ ਸੀ ਸਾਡੇ ਬੱਚੇ ਆ ਰਹੇ ਆ। ਬਾਕੀ ਕੋਈ DO ਕੋਈ EO ਜਿਨ੍ਹਾਂ ਦੇ ਅੰਡਰ ਇਹ ਸਾਰਾ ਕੁਝ ਚੱਲ ਰਿਹਾ ਆ, ਕੋਈ ਵੀ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪਹੁੰਚਿਆ। ਅਸੀਂ SDM ਸਰ ਨੂੰ ਬੇਨਤੀ ਕੀਤੀ ਸੀ, ਸਰ ਇੱਦਾਂ ਕਰਕੇ ਸਾਡੀ ਟੀਮ ਪਹੁੰਚ ਰਹੀ ਆ, ਉਹ 5 ਮਿੰਟ ਦੇ ਵਿੱਚ ਟਾਈਮ ਕੱਢ ਕੇ ਆਪਣਾ ਇੱਥੇ ਪਹੁੰਚ ਗਏ। ਜਦਕਿ ਜਿਹੜਾ ਫਰਜ਼ ਆ DO ਅਤੇ EO ਦਾ ਬਣਦਾ ਸੀ ਵੀ ਸਕੂਲ ਉਹਨਾਂ ਦੇ ਅੰਡਰ ਆਉਂਦੇ ਆ, ਅੱਜ ਟੀਮਾਂ ਪਹੁੰਚ ਰਹੀਆਂ ਆ, ਐਡੀ ਮਾਣ ਦੀ ਗੱਲ ਆ ਹੁਸ਼ਿਆਰਪੁਰ ਵਾਸਤੇ। ਪਹਿਲੀ ਵਾਰੀ ਚੌਥੇ ਨੰਬਰ ਦੇ ਉੱਤੇ ਸਾਡੀ ਟੀਮ ਪਹੁੰਚੀ ਆ ਅਤੇ ਕੋਈ ਵੀ ਉਹਨਾਂ ਦਾ ਸਵਾਗਤ ਕਰਨ ਲਈ ਨਹੀਂ ਇੱਥੇ ਪਹੁੰਚਿਆ। 65ਵੀਆਂ ਪੰਜਾਬ ਰਾਜ ਖੇਡਾਂ ਚੱਲ ਰਹੀਆਂ ਜੀ ਬਠਿੰਡੇ ਦੇ ਵਿੱਚ, ਜਿੱਥੇ ਸਾਡੀ ਹੁਸ਼ਿਆਰਪੁਰ ਤੋਂ ਟੀਮ ਗਈ ਸੀ, ਸਾਰੇ ਸਕੂਲਾਂ 'ਚੋਂ ਮਿਲ ਜੁਲ ਕੇ ਜਿਹੜੀ ਟੀਮ ਬਣੀ ਸੀ। ਇਹਨਾਂ ਦੇ ਨਾਲ ਏਕਤਾ ਮੈਡਮ ਨੂੰ ਅਸੀਂ ਉੱਥੇ ਭੇਜਿਆ ਸੀ, ਟੀਮ ਨੇ ਬਹੁਤ ਹੀ ਵਧੀਆ ਪਰਫੋਰਮੈਂਸ ਦਿੱਤੀ ਆ। ਕਹਿੰਦੇ ਕਹਾਂਦੇ ਜ਼ਿਲ੍ਹੇ ਅਕੈਡਮੀਆਂ ਨੂੰ ਹਰਾ ਕੇ ਇਹ ਸੈਮੀਫਾਈਨਲ ਦੇ ਵਿੱਚ ਪਹੁੰਚੀ ਸੀ, ਜਿੱਥੇ ਲੂਜ਼ ਕਰਨਾ ਪਿਆ ਇਹਨਾਂ ਨੂੰ। ਉਹਦੇ ਵਿੱਚ ਕਮੀ ਇਹ ਆ, ਜਿਹੜੀਆਂ ਟੀਮਾਂ ਸਾਨੂੰ ਮੂਹਰੇ ਅਕੈਡਮੀਆਂ ਮਿਲੀਆਂ ਸੀ ਉਹ 24 ਘੰਟੇ ਟਰਫ 'ਤੇ ਰਹਿੰਦੀਆਂ ਅਤੇ ਸਾਡੇ ਕੋਲ ਸਿਰਫ 1 ਗਰਾਊਂਡ ਆ, ਉਹ ਵੀ ਗਰਾਸੀ ਆ, ਜਿਹਦੇ ਕਰਕੇ ਸਾਡੀ ਟੀਮ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਪਰ ਫਿਰ ਵੀ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਹੁਸ਼ਿਆਰਪੁਰ ਦੀਆਂ ਕੁੜੀਆਂ ਨੇ ਇੰਨੀ ਹੱਲਾ ਮਾਰਿਆ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਚੌਥਾ ਸਥਾਨ ਲੈ ਕੇ ਆਈਆਂ। ਬੜੀ ਯਾਦਗਾਰ ਇੱਕ ਮੂਵਮੈਂਟ ਆ ਸਾਡੇ ਲਈ।